ਗੁੱਡ ਮਾਰਨਿੰਗ ਸਾਰੇ ਨੂੰ ਕਿਵੇਂ ਸਾਰੇ ਹੱਬ ਸਾਰੇ ਬਹੁਤ ਵਧੀਆ ਤੇ ਚੜ੍ਹਦੀਆਂ ਗਲਾਂ ਦੇ ਵਿੱਚ ਹੋਵੋਗੇ ਏਦਾਂ ਹੀ ਬਾਬਾ ਜੀ ਬਰਕਤਾਂ ਬਣਾਈ ਰੱਖਣ ਤੁਹਾਡੇ ਕਾਰੋਬਾਰਾਂ ਦੇ ਵਿੱਚ ਤੇ ਆਪਾਂ ਅੱਜ ਦਾ ਬਲੌਗ ਸਟਾਰਟ ਕਰਨ ਲੱਗੇ ਆਂ ਮੰਡੀ 'ਚੋਂ ਆਪਾਂ ਹਮੇਂ ਕਈ ਵਾਰ ਮੰਡੀ 'ਚ ਹੀ ਸਟਾਰਟ ਕਰਦੇ ਆਂ ਪਰ ਅੱਜ ਤੁਹਾਨੂੰ ਨਵੀਂ ਸਬਜ਼ੀ ਮੰਡੀ ਦਿਖਾਉਣੇ ਆ ਕਿੱਦਾਂ ਦੇ ਬਲੌਗਰ ਆ ਹਨ ਨਵੀਆਂ ਸਬਜ਼ੀਆਂ ਮੰਡੀਆਂ ਐਕਸਪਲੋਰ ਕਰਦੇ ਆਂ ਆਪਾਂ ਜਿਵੇਂ ਪਹਿਲਾਂ ਤਾਂ ਆਪਣੇ ਜਿਹੜੇ ਘਰ ਦੇ ਨੇੜੇ ਮੰਡੀ ਲੱਗਦੀ ਆ ਉਹ ਤੁਹਾਨੂੰ ਦਿਖਾਉਣੀ ਹੁੰਦੀ ਆ ਅੱਜ ਆਏ ਆ ਆਪਾਂ ਸਮਰਾਲਾ ਰੋਡ ਸਮਰਾਲਾ ਰੋਡ ਦੇ ਥੱਲੇ ਵੀ ਮੰਡੀ ਲੱਗਦੀ ਹੈ ਜਿਹੜਾ ਪੁਲ ਹੈ ਆਂਟੀ ਲੈ ਰਹੇ ਨੇ ਪਿਆਜ਼ ਐਕਚੁਅਲੀ ਅਸੀਂ ਆਈ ਮੇਨ ਪਿਆਜ਼ਾਂ ਵਾਸਤੇ ਸੀਗੇ ਕਿਉਂਕਿ ਨਾ ਮਤਲਬ ਆਂਟੀ ਕਹਿੰਦੇ ਵੀ ਮੈਂ ਜਾ ਕੇ ਆਉਣਾ ਮੰਡੀ ਆਂਟੀ ਨੇ ਲੈਣਾ ਸੀ ਸਾਗ ਦਾ ਸਮਾਨ ਮੈਂ ਲੈਣੇ ਸੀ ਮੇਰੇ ਤਾਂ ਸਿਰਫ ਪਿਆਜ਼ ਤੇ ਆਲੂ ਮੁੱਕੇ ਹੋਏ ਸੀਗੇ ਮੰਮੀ ਕਹਿੰਦੇ ਚਲ ਹੋ ਲਿਆ ਵੈਸੇ ਤਾਂ ਅਸੀਂ ਸੋਚਿਆ ਸੀ ਵੀ ਚਲ ਬੁੱਧਵਾਰ ਹੁਣ ਲੱਗ ਗਈ ਜਾਣੀ ਆ ਘਰ ਦੇ ਨੇੜੇ ਤੇ ਵੁੱਡਵਰ ਤੇ ਸ਼ਨੀਵਾਰ ਲੱਗਦੀ ਹੈ ਸਾਡੇ ਘਰੇ ਦੇ ਨੇੜੇ ਇੱਥੇ ਜਿਵੇਂ ਸੁਭਾਸ਼ ਬਾਜ਼ਾਰ ਤੇ ਮੈਨੂੰ ਲੱਗਦਾ ਮੰਡੇ ਲੱਗਦੀ ਆ ਮੰਡੀ ਸੀ ਅੱਜ ਤੇ ਮੰਡੇ ਲੱਗਦੀ ਆ ਇਹ ਸਮਰਾਲਾ ਰੋਡ ਹਨਾ ਤੇ ਊ ਫਿਰ ਪਤ ਨਹੀਂ ਸਾਰੇ ਥਾਵਾਂ ਤੇ ਮਤਲਬ ਡਿਫਰੈਂਟ ਡਿਫਰੈਂਟ ਡੇਜ਼ ਲੱਗਦੀ ਆ ਤੇ ਮੰਡੀ ਦਾ ਕੰਮ ਨਵੇੜਦੇ ਨਵੇੜਦੇ ਥੱਲੇ ਮਤਲਬ ਆ ਬਾਹਰ ਲਿਆ ਜ਼ਿੰਮੇਵਾਰੀਆਂ ਦੇਖਦੇ ਦੇਖਦੇ ਆਪਣਾ ਘਰ ਦਾ ਕੰਮ ਉਲਝੇ ਜਾਂਦਾ ਦੇਖੋ ਢੇਰ ਲੱਗਿਆ ਪਿਆ ਕੱਪੜਿਆਂ ਦਾ ਜਿਹੜਾ ਮੈਂ ਕੱਲੀ ਜਾਣੀ ਨੇ ਕੱਪੜੇ ਤੈ ਲਾਉਣੇ ਨੇ ਫੇਰ ਇਹ ਸਾਰੇ ਸੌਟ ਆਊਟ ਕਰਨੇ ਨੇ ਹਨਾ ਬਸ ਹੋ ਜਾਂਦੇ ਮਤਲਬ ਮੈਨੂੰ ਤਾਂ ਪਹਿਲਾਂ ਦੇਖ ਕੇ ਡਰ ਲੱਗਣ ਲੱਗ ਜਾਂਦਾ ਇੱਕ ਦਿਨ ਕੱਪੜੇ ਸਾਫ ਦੀਆਂ ਦੂਜੇ ਦਿਨ ਫੇਰ ਉਹੀ ਕੁਝ ਇੱਕ ਦਿਨ ਸਾਫ ਦੀਆਂ ਦੂਜੇ ਦਿਨ ਫੇਰ ਉਹੀ ਕੁਝ ਤੇ ਮਤਲਬ ਬਸ ਹੋਈ ਪਈ ਆ ਕੱਪੜਿਆਂ ਨੂੰ ਦੇਖ ਕੇ ਮੇਰਾ ਜੀਓ ਨਹੀਂ ਕਰਾ ਬਿੰਨੂ ਐ ਹੋਇਆ ਪਿਆ ਵੀ ਮੈਂ ਕਿੱਥੋਂ ਸਟਾਰਟ ਕਰਾਂ ਜਦ ਨੂੰ ਮੇਰੇ ਕੱਪੜਿਆਂ ਦੀ ਤੈਹਾਂ ਹੀ ਵੱਜਦੀਆਂ ਨੇ ਜਦ ਨੂੰ ਗੁਰਪ੍ਰਤਾਪ ਸਕੂਲੋਂ ਆ ਜਾਂਦਾ ਕਿਉਂਕਿ ਉਹਦੇ ਐਗਜ਼ਾਮਸ ਚੱਲ ਰਹੇ ਨੇ ਮੈਂ ਹੱਸਦੀ ਸੀ ਉਹਨੂੰ ਮੈਂ ਕਿਹਾ ਮੈਨੂੰ ਅੱਜ ਤਾਂ ਸਾਨੂੰ ਮੰਡੀ 11 ਵਜ ਗਏ ਸਾਡੇ ਨਾਲ ਇਨਸੀਡੈਂਟ ਕੀ ਹੋਇਆ ਹਾਸੇ ਵਾਲਾ ਬਹੁਤ ਇਨਸੀਡੈਂਟ ਹੋਇਆ ਅੱਜ ਸਾਡੇ ਨਾਲ ਕੀ ਹੋਇਆ ਸਾਡੇ ਪਿਆਜ ਖੋ ਗਏ ਪਿਆਜ਼ ਕਿੱਥੇ ਹੋਏ ਅਸੀਂ ਨਾ ਸਾਰਾ ਸਮਾਨ ਲੈ ਆਏ ਲੈ ਕੇ ਅਸੀਂ ਘਰੇ ਵੀ ਆ ਗੀਆਂ ਮੈਂ ਤੇ ਬੇਬੀ ਆਂਟੀ ਜਦ ਮੈਂ ਆਂਟੀ ਨੂੰ ਦਾਲ ਨੂੰ ਤੜਕਾ ਲਾਉਣ ਲੱਗੀ ਮੈਂ ਕਿਹਾ ਆਂਟੀ ਪਿਆਜ਼ ਦਿਓ ਵੀ ਪਿਆਜ਼ ਮੁੱਕੇ ਹੋਏ ਸੀਗੇ ਹਨਾ ਤੇ ਬੇਬੀ ਆਂਟੀ ਕਹਿੰਦੇ ਲੈ ਦਿੰਨੀ ਆ ਜਦ ਆਂਟੀ ਨੇ ਝੋਲਾ ਫਰੋਲਿਆ ਸਾਰਾ ਕੁਝ ਫਰੋਲਿਆ ਤੇ ਉਹਦੇ ਵਿੱਚ ਪਿਆਜ਼ ਨਾ ਆਂਟੀ ਕਹਿੰਦੇ ਹਾਏ ਕਮਲ ਆਪਾਂ ਤਾਂ ਪਿਆਜ਼ ਹੀ ਉੱਥੇ ਰੱਖਿਆਈਆਂ ਐਕਚੁਅਲੀ ਅਸੀਂ ਲੈ ਕੇ ਵੀ 100 150 ਦੇ ਲੈ ਕੇ ਆਈਆਂ ਸੀ 3 ਕਿਲੋ ਪਤਾ ਨਹੀਂ ਕੁਛ ਐਦਾ ਹਨਾ ਤੇ ਉਹ ਅਸੀਂ ਉੱਥੇ ਛੱਡੀਆਂ ਆਂਟੀ ਕਹਿੰਦੇ ਨਾ ਕਮਲ 150 ਦਾ ਨੁਕਸਾਨ ਹੋ ਜਾਣਾ ਚੱਲ ਦੁਬਾਰਾ ਦੇਖ ਕੇ ਮੈਂ ਕਿਹਾ ਆਂਟੀ ਮੈਂ ਨਹੀਂ ਜਾਣਾ ਹੈਗਾ ਹੁਣ ਪਤਾ ਨਹੀਂ ਆਪਾਂ ਨੂੰ ਲੱਬੇ ਕਿੱਥੇ ਨਾ ਲੱਬੇ ਆਪਾਂ ਉੱਥੇ ਮੰਡੀ 'ਚ ਕਿਹਨੂੰ ਕਿਹਨੂੰ ਪੁੱਛਦੇ ਫਿਰਾਂਗੇ ਹਨਾ ਵੀ ਮੈਂ ਤਾਂ ਪੁੱਛਣਾ ਨਹੀਂ ਹੈਗਾ ਬੇਬੀ ਆਂਟੀ ਕਹਿੰਦੀ ਮੈਂ ਪੁੱਛਣੂੰ ਤੂੰ ਮੇਰੇ ਨਾਲ ਚੱਲ ਸਹੀ ਵੀ ਨਹੀਂ ਤਾਂ ਅੱਜ ਆਪਣੇ ਘਰੇ ਜੁੱਤੀਆਂ ਪੈਣਗੀਆਂ ਤੇ ਮੈਂ ਕਿਹਾ ਨਹੀਂ ਪੈਂਦੀਆਂ ਹੈਗੀਆਂ ਆਂਟੀ ਕੋਈ ਨਾ ਮੰਮੀ ਨੇ ਵੀ ਕਹਤਾ ਮੰਮੀ ਕਹਿੰਦੇ ਤੁਹਾਨੂੰ ਨਹੀਂ ਲੱਭੜੇ ਛੱਡ ਪਰ ਨਵੇਂ ਲੈ ਆਵਾਂਗੇ ਹਨਾ ਵੀ ਪਿਆਜ਼ਾਂ ਪਿੱਛੇ ਬੇਬੀ ਆਂਟੀ ਕਹਿੰਦੀ ਨਹੀਂ 150 ਦੀ ਗੱਲ ਆ ਮੈਂ ਤਾਂ ਲੱਬ ਕੇ ਆਉਂਗੀ ਚਲੋ ਅਸੀਂ ਚਲੇ ਗਏ ਫਿਰ ਉੱਥੇ ਲੱਬ ਕੇ ਆਏ ਪਰ ਸ you <laughs> ਤੇ ਆਂਟੀ ਕਿਤੋਂ ਹੋਰ ਉੱਥੋਂ ਲੱਭ ਲਿਆ ਆਂਟੀ ਕਹਿੰਦੇ ਪਤਾ ਨਹੀਂ ਕਿਹੜੀ ਸ਼ਾਪ ਤੇ ਆਪਾਂ ਭੁੱਲਿਆ ਆਏ ਸੀ ਅਸੀਂ ਮੇਥੀ ਮੁੱਥੇ ਲਏ ਸੀਗੇ ਕਹਿੰਦੇ ਉੱਥੇ ਭੁੱਲਿਆ ਆਏ ਸੀਗੇ ਆਪਾਂ ਮੈਂ ਕਿਹਾ ਚੱਲ ਲੱਭ ਗਏ ਇਹੀ ਬਹੁਤ ਹੈ ਕਹਿੰਦੇ ਹਾਂ ਲੱਭ ਗਏ ਕਹਿੰਦੇ ਨੁਕਸਾਨ ਨਹੀਂ ਹੋਇਆ ਹੈਗਾ ਮੈਂ ਕਿਹਾ ਚੱਲ ਹੁਣ ਆ ਸਾਡਾ ਇਹ ਹੈ ਵੀ 2 ਹਫ਼ਤੇ ਲੰਘ ਜਾਣਗੇ ਕਿਉਂਕਿ ਅੱਧਾ ਕਿਲੋ ਮੈਂ ਲੈ ਲੇ 3 ਕਿਲੋ ਉਹ ਸੀਗਾ 3.5 ਕਿਲੋ ਹੋ ਗਏ ਹੁਣ ਤਾਂ ਹਫ਼ਤਾ ਕੱਢਣਾ ਪਊਗਾ ਮੰਮੀ ਵੀ ਕਹਾਂਗੇ ਵੀ ਹਫ਼ਤਾ ਹੁਣ ਤਾਂ ਇਹਨਾਂ ਦਾ 2 ਹਫ਼ਤੇ ਹੀ ਕੱਢੋ ਵੀ ਇੰਨਾ ਪਿਆਜ਼ ਖਾਣੋ ਐਕਚੁਅਲੀ ਇਹ ਖਾਂਦੇ ਨੇ ਅਮਨ ਉਹ ਨਹੀਂ ਕ ਵੀ ਇਹਨਾਂ ਨੂੰ ਦਾਲ ਨਾਲ ਹੋਵੇ ਜਿਹੜੀ ਵੀ ਦਾਲ ਹੋਊਗੀ ਉਹਨਾਂ ਨਾਲ ਇਹਨਾਂ ਨੇ ਪਿਆਜ਼ ਕੱਟ ਕੇ ਖਾਣਾ ਮੈਂ ਬਹੁਤ ਘੱਟ ਖਾਨੀ ਆ ਕਿਉਂਕਿ ਮੈਨੂੰ ਨਹੀਂ ਵਧੀਆ ਲੱਗਦਾ ਹੈਗਾ ਮੈਂ ਬਹੁਤ ਘੱਟ ਪਿਆਜ਼ ਖਾਨੀ ਆ ਇਸ ਕਰਕੇ ਮੈਂ ਹੈਰਾਨ ਹੁੰਦੀ ਆ ਵੀ ਅਮਨ ਉਹਨੀ ਇੰਨਾ ਪਿਆਜ਼ ਖਾਂਦੇ ਨੇ ਜੇ ਚਾਹੇ ਅਮਨ ਤੇ ਨਵੀਤ ਸਵੇਰੇ ਵੀ ਜਿਹੜਾ ਬ੍ਰੇਕਫਾਸਟ ਹੁੰਦਾ ਉਹ ਚ ਵੀ ਪਿਆਜ਼ ਖਾਂਦੇ ਨੇ ਜਦਕਿ ਮੈਂ ਅਮਨ ਨੂੰ ਹੱਸਦੀ ਹੁੰਨੀ ਆ ਵੀ ਬ੍ਰੇਕਫਾਸਟ ਪਿਆਜ਼ ਕੌਣ ਖਾਂਦਾ ਅਮਨ ਬ੍ਰੇਕਫਾਸਟ ਪਿਆਜ਼ ਤਾਂ ਮੂੰਹ ਚੋਂ 스멜 ਆਉਣ ਲੱਗ ਜਾਂਦੀ ਆ ਹਨਾ ਪਰੇ ਨਹੀਂ ਇਹਨਾਂ ਨੂੰ ਜੇ ਜੇ ਦਿਲ ਕਰਿਆ ਆ ਪਿਆਜ਼ ਖਾਣਾ ਤਾਂ ਖਾਣਾ ਕਹਿਣਗੇ ਬਰਸ਼ ਕਰ ਲਾਂਗੇ ਬਾਅਦੋਂ ਵੀ ਆਈ ਜਾਵੇ ਜਿਹੜੀ ਮੂੰਹ ਚੋ ਸਮੈਲ ਆਉਦੀ ਹੈ ਤੇ ਹਾਏ ਤੁਸੀਂ ਦੇਖਿਓ ਕਿੰਨਾ ਢੇਰ ਲੱਗਿਆ ਪਿਆ ਕੱਪੜਿਆਂ ਦਾ ਮੇਰੀ ਬੱਸ ਹੋਈ ਪਈ ਆ ਕਿਵੇਂ ਸોર્ટ ਆਊਟ ਕਰੂੰਗੀ ਸਾਰਾ ਕੱਪੜਾ ਸਾਹਮਣਾ ਐਕਚੁਅਲੀ ਇਹ ਚਾਰ ਦਿਨਾਂ ਦੇ ਕੱਪੜੇ ਨੇ ਮਤਲਬ ਬੇਬੀ ਆਂਟੀ ਨੇ ਮੈਂ ਤੁਹਾਨੂੰ ਦੱਸਿਆਈ ਆ ਵੀ ਧੋਤੇ ਨਹੀਂ ਸੀਗੇ ਹਨਾ ਧੋਤੇ ਸੰਡੇ ਵਾਲੇ ਦਿਨ ਨੇ ਸੰਡੇ ਧੋਤੇ ਨੇ ਮੰਡੇ ਤਾਂ ਫਿਰ ਮੈਂ ਸਾਹਮਣੇ ਹੀ ਸੀਗੇ ਇਹਨਾਂ ਨੂੰ ਧੁੱਪ ਲਵਾ ਕੇ ਹਨਾ ਅੱਜ ਸਾਂਭਾਂਗੇ ਤੇ ਅੱਜ ਆਂਟੀ ਨੇ ਥੋੜੇ ਜਿਹਾ ਹੋਰ ਧੋ ਦੇਣੇ ਨੇ ਉਹ ਫਿਰ ਮੈਂ ਹੁਣ ਕੱਲ ਨੂੰ ਟਿਊਜ਼ਡੇ ਸਾਂਭੂੰਗੀ ਕਿਉਂਕਿ ਉਹ ਕਿਹੜਾ ਸੁੱਕ ਜਾਣਗੇ ਉਹ ਵੀ ਅਗਲੇ ਦਿਨ ਫੇਰ ਧੁੱਪ ਦਿਵਾਉਣੀ ਪੈਣੀ ਆ ਤਾਂ ਸੁੱਕਣਗੇ ਹਨਾ ਮ ਕੰਮ ਹੀ ਨਹੀਂ ਨਿਬੜਦਾ ਪਤਾ ਨਹੀਂ ਕਿ ਕੀ ਮੈਂ ਤਾਂ ਇਹ ਸੋਚ ਜੁਨੀ ਆ ਵੀ ਸਰਦੀਆਂ ਚ ਕੰਮ ਕਿਉਂ ਉਲਝਦਾ ਵੀ ਗਰਮੀਆਂ ਚ ਕਿਉਂ ਨਹੀਂ ਉਲਝਦਾ ਗਰਮੀਆਂ ਚ ਮਿੰਟ ਚ ਹੋ ਜਾਂਦਾ ਆ ਦੇਖੋ ਕਿੱਦਾਂ ਲੱਗ ਰਿਹਾ ਹੈ ਅਮਨ ਜੀ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਤੁਸ ਤਾਂ ਹਲੇ ਵੀ ਨਹੀਂ ਲਾਉਣ ਲੱਗੇ ਸੀ ਇਹ ਤਾਂ ਜੋਰ ਸ਼ੋਰ ਨਾਲ ਸੀ ਫੜ ਲਿਆ ਤੁਹਾਨੂੰ ਕਾਬੂ ਕਰ ਲਿਆ ਤਾਂ ਲੱਗ ਗਈ ਡ੍ਰਿਪ ਨਹੀਂ ਤਾਂ ਕਿੱਥੇ ਲੱਗਣੀ ਸੀ ਆਹਾ ਸਵੇਰ ਦੇ ਵੋਮਿਟਸ ਲੱਗੀਆਂ ਹੋਈਆਂ ਨੇ ਅਸੀਂ ਟਸਤੇ ਮਸ ਨਹੀਂ ਅਸੀਂ ਕੋਈ ਦਵਾਈ ਨਹੀਂ ਲੈਣੀ ਅਸੀਂ ਕੁਛ ਨਹੀਂ ਅੰਕਲ ਕਹਿ ਕੇ ਵੀ ਗਏ ਨੇ ਡਾਕਟਰ ਅੰਕਲ ਨੇ ਸਾਡੇ ਫੈਮਿਲੀ ਡਾਕਟਰ ਨੇ ਉਹ ਕਹਿ ਕੇ ਵੀ ਗਏ ਨੇ ਵੀ ਤੁਹਾਨੂੰ ਡ੍ਰਿਪ ਲਾਉਣੀ ਪੈਣੀ ਹੈ ਬਿਕਾਜ਼ ਵੋਮਿਟਸ ਵੀ ਨਾਲ-ਨਾਲ ਚੱਲ ਰਹੀਆਂ ਨੇ ਲੂਜ਼ ਮੋਸ਼ਨਸ ਵੀ ਕਰ ਕਾਕਾ ਜੀ ਟਸਤੇ ਮਸ ਨਹੀਂ ਫੇਰ ਵੀ ਬਾਹਰ ਢੇੜਾ ਕੱਢਿਆ ਏ ਪਤਾ ਨਹੀਂ ਕੀ ਬੰਦਿਆਂ ਦੇ ਵਿੱਚ ਹਨਾ ਲੋਹਾ ਹੁੰਦਾ ਵੀ ਅਸੀਂ ਬਿਮਾਰ ਆਪਾਂ ਹੋ ਜੀਏ ਮੈਂ ਹੋ ਜਾ ਮੈਂ ਤਾਂ ਇਹੋ ਜਿਹਾ ਦਾ ਮੰਜੇ 'ਚ ਉੱਠਾ ਨਾ ਬਸ ਮੈਂ ਇੰਨੇ ਬੁਰ ਇਹ ਫੇਰ ਵੀ ਗੇੜਾ ਕੱਢਿਆ ਹੋਣੇ ਇੰਨੀ ਵੀਕਨੈਸ ਪਾ ਕੇ ਵੀ ਇੰਨੀਆਂ ਲੂਜ਼ ਮੋਸ਼ਨਸ ਤੇ ਵੋਮਿਟ ਲਾ ਕੇ ਹੁਣ ਪਏ ਨੇ ਰਾਮ ਨਾਲ ਦੇਖਿਓ ਹਾਏ ਹਾਈ ਫਰੈਂਡਸ ਡ੍ਰਿਪ ਲੱਗੀ ਹੋਈ ਐ ਤੇ ਹੁਣ ਪਏ ਨੇ ਰਾਮ ਨਾਲ ਕੁਝ ਕਹਿਣਾ ਚਾਹੋਗੇ ਡ੍ਰਿਪ ਲਈ ਕੋਈ ਆਨਸਰ ਬੋਲ ਨਹੀਂ ਸਕਦੇ ਹੁਣ ਵੀਕਨੈਸ ਪਤਾ ਲੱਗੀ ਐ ਸਵੇਰੇ ਨਹੀਂ ਪਤਾ ਲੱਗੀ ਸੀ ਜਦ ਸਕੂਟੀ ਤੇ ਫਿਰਦੇ ਸੀਗੇ ਹੈ ਕੋਈ ਕੰਮ ਕਰਨਾ ਹੀ ਸੀਗਾ ਹੁਣ ਵੀ ਨਹੀਂ ਆਇਆ ਵੀਰ ਨੂੰ ਕੰਮ ਕਰਨਾ ਹੀ ਸੀ ਹਨਾ ਕੋਰੀਅਰ ਤਾਂ ਲਾਉਣੇ ਨੇ ਐਟ ਲੀਸਟ ਹਨਾ ਉਹ ਤਾਂ ਜ਼ਰੂਰੀ ਆ ਸੋ ਦੇਖ ਲਓ ਤੁਹਾਡੇ ਸਾਰਿਆਂ ਦੇ ਭਰਾ ਦਾ ਹਾਲ ਆਇਆ ਥੋੜੇ ਭਰਾ ਦਾ ਹਾਲ ਫੋਨ ਫੇਰ ਵੀ ਨਹੀਂ ਛੱਡਣਾ ਸੀ ਹੈਲੋ ਦਬਦੇ ਤਾਂ ਹਲੇ ਵੀ ਨਹੀਂ ਹੈਗੇ ਦੇਖ ਲੋ ਮਤਲਬ ਡ੍ਰਿਪ ਲੱਗੀ ਹੋਈ ਆ ਉਹ ਕਹਿੰਦੇ ਵੀ ਬਾਹ ਨੂੰ ਹਲਾਉਣਾ ਨਹੀਂ ਹੈਗਾ ਸਵੇਲਿੰਗ ਆਈ ਜਾਊਗੀ ਪਰ ਇਹ ਹਿੱਲਣੋਂ ਹਟਦੇ ਹੀ ਨਹੀਂ ਹੈਗੇ ਹਟਦੇ ਹੀ ਨਹੀਂ ਹੈਗੇ ਮਤਲਬ ਅੱਜ ਤਾਂ ਮੇਰੇ ਨਾਲ ਸਵੇਰ ਦੇ ਨਾਲ ਇਨਸੀਡੈਂਸ ਤੇ ਇਨਸੀਡੈਂਸ ਹੋ ਰਹੇ ਨੇ ਆਹ ਇਹਨਾਂ ਦੇ ਵਿੱਚ ਪਹਿਲਾਂ ਜਦੋਂ ਹੱਥ ਤੇ ਲਵਾਈ ਹੈ ਨਾ ਡ੍ਰਿਪ ਉਹਦੋਂ ਸੁੱਜ ਗਿਆ ਹੱਥ ਉਹਨੂੰ ਮੈਂ ਮਲੀਗੀ ਮਲੀਗੀ ਵੀ ਸੁੱਜਣ ਨਹੀਂ ਦੇਣਾ ਡਾਕਟਰ ਕਹਿੰਦੇ ਵੀ ਇਹਨੂੰ ਮਲੀ ਜਾਓ ਹਨਾ ਫਿਰ ਬਾਹ ਦੇ ਵਿੱਚ ਲਵਾਇਆ ਉਹ ਤੇ ਸਾਰਾ ਸੁੱਜ ਗਿਆ ਮਤਲਬ ਬਾਹ ਐਡੀ ਹੋ ਗਈ ਸੁੱਜ ਕੇ ਫਿਰ ਮੈਂ ਡਾਕਟਰ ਨੂੰ ਫੋਨ ਤਾਂ ਮੈਂ ਕਿਹਾ ਵੀ ਅੰਕਲ ਫੇਰ ਦੁਆਰਾ ਆ ਕੇ ਲਾ ਕੇ ਜਾਓ ਵੀ ਉਹਨਾਂ ਦੀ ਵੇਨ ਚ ਤਾਂ ਫੇਰ ਸੁੱਜ ਗਿਆ ਉਹ ਕਹਿੰਦੇ ਵੀ ਜੇ ਹਲਾਈ ਜਾਣਗੇ ਬਾ ਫੇਰ ਸੁੱਜੂਗਾ ਹੀ ਹਨਾ ਤੇ ਕਿਉਂਕਿ ਡ੍ਰਿਪ ਬਹੁਤ ਜ਼ਰੂਰੀ ਸੀਗੀ ਇਹਨਾਂ ਨੂੰ ਵੋਮਿਟ ਲੂਜ਼ ਮੋਸ਼ਨਸ ਮੈਂ ਤੁਹਾਨੂੰ ਕੱਲ ਦਾ ਹੀ ਦੱਸ ਰੀਆਂ ਬਹੁਤ ਜ਼ਿਆਦਾ ਹੋਏ ਹੋਏ ਨੇ ਤੇ ਮੈਨੂੰ ਐਸੀ ਹੁਣ ਮੈਂ ਕਹਾਂ ਚੱਲ ਥੋੜੀਆਂ ਜਿਹੀ ਲੱਤਾਂ ਲੁੱਤਾ ਘੁੱਟਦਾ ਹਨਾ ਕੋਲ ਬੈਠਾ ਇਹਨਾਂ ਨੂੰ ਥੋੜਾ ਜਿਹਾ ਮਨ ਨੂੰ ਇਹ ਹੋ ਜਾਂਦਾ ਹੁੰਦਾ ਵੀ ਚੱਲ ਮੇਰਾ ਮੈਨੂੰ ਪੁੱਛਦਾ ਕੋਈ ਦੇਖੋ ਮੈਂ ਜਦ ਬਿਮਾਰ ਹੁੰਨੀਆ ਮੈਨੂੰ ਕੋਈ ਨਹੀਂ ਪੁੱਛਦਾ ਹੈਗਾ ਮੈਂ ਰੋ ਰੂ ਕੇ ਆਪ ਦੀ ਆਪ ਦਵਾਈ ਦੁਈ ਖਾ ਖੂ ਕੇ ਹਨਾ ਆਪੇ ਠੀਕ ਹੋ ਜਾਂਦੀ ਆ ਪਰ ਮੈਂ ਮੈਨੂੰ ਹੁੰਦਾ ਜਦੋਂ ਮੈਂ ਕੋਈ ਵੀ ਬਿਮਾਰ ਹੋਵੇ ਨਾ ਮੈਂ ਉਹਦੇ ਆਲੇ-ਦਾਲੇ ਆਲੇ-ਦਾਲੇ ਮੈਂ ਪੁੱਛਦੀ ਆ ਕਿ ਆਪ ਦਾ ਯਾਦ ਆ ਜਾਂਦਾ ਵੀ ਬੰਦਾ ਕਿੰਨਾ ਔਖਾ ਹੁੰਦਾ ਦੇਖਿਓ ਬੂਜੋ ਕਿੰਨਾ ਤੇਜ਼ ਹੋਇਆ ਪਿਆ ਦੇਖੋ ਨਵੀ ਦੇ ਕਾਬੂ ਆਉਂਦਾ ਕਿਤੇ ਮੇਰੇ ਕਿੱਥੋਂ ਆਜੂਗਾ ਨਵੀ ਨੂੰ ਤਾਂ ਮਤਲਬ ਅਸੀਂ ਨਾ ਪਿੰਜਰੇ ਚ ਇਹਨੂੰ ਬਾੜਨਾ ਸੀ ਨਵੀ ਕਹਿੰਦਾ ਮੇਰੇ ਤੋਂ ਗੇਟ ਖੁੱਲ ਵੀ ਗੇਟ ਵੀ ਨਹੀਂ ਖੋਲਣ ਦੇ ਰਿਹਾ ਦੇਖੋ ਕਿਵੇਂ ਭੱਜਦਾ ਉਹ ਤਾਂ ਛੁੱਟ ਛੁੱਟ ਕੇ ਹਨਾ ਮਤਲਬ ਬਹੁਤ ਜ਼ਿਆਦਾ ਤੇਜ਼ ਹੋ ਗਿਆ ਹੁਣ ਇਹ ਦੇਣਾ ਹੀ ਪੈਣਾ ਬਿਕਾਜ਼ ਬੱਚੇ ਨੂੰ ਕਿਸੇ ਨੂੰ ਬਾਈਟ ਕਰ ਲਵੇ ਹਨਾ ਦੇ ਨਹੀਂ ਕਿਉਂਕਿ ਇਹ ਸਾਰੇ ਕਹਿੰਦੇ ਨੇ ਵੀ ਅੰਦਰ ਪਿੰਜਰੇ ਚ ਰੱਖ ਕੇ ਵੀ ਅਗਰੈਸਿਵ ਹੋ ਰਿਹਾ ਏ ਥੋੜਾ ਜਿਹਾ ਅਸੀਂ ਇਹਨੂੰ ਪਿਆਰ ਤਾਂ ਬਹੁਤ ਕਰਦੇ ਆਂ ਇਹਦੇ ਹੱਥ ਉੱਪਰ ਕਹਿੰਦੇ ਸਿਰ ਤੇ ਮਾਰੋ ਲਾਓ ਨਾ ਵੀ ਇਹ ਡੌਗੀ ਪਿਆਰ ਮੰਗਦੇ ਨੇ ਹਨਾ ਉਹ ਵੀ ਕਰਦੇ ਆਂ ਪਰ ਇਹ ਆ ਦੇਖੋ ਭੱਜਦਾ ਇਹ ਪੈਂਦਾ ਉਹ ਤਾਂ ਨਵੀਂ ਕੋਲੋਂ ਕਾਬੂ ਨਹੀਂ ਆਉਂਦਾ ਮੇਰੇ ਕੋਲ ਕਾਬੂ ਕਿੱਥੋਂ ਆ ਜਾਊਗਾ ਫਿਰ ਉਹ ਇਹਦਾ ਪਿੰਜਰਾ ਨਾ ਥੋੜਾ ਸਾਫ਼ ਕਰਨ ਵਾਲਾ ਸੀਗਾ ਤੇ ਉਹ ਕਰਕੇ ਮੈਂ ਆ ਗਈ ਹੁਣ ਬੁਟੀਕ ਦੇ ਵਿੱਚ ਬੁਟੀਕ ਮਾਸਟਰ ਜੀ ਕਰ ਰਹੇ ਨੇ ਕੰਮ ਅਸੀਂ ਬਣਾਈ ਅੱਜ ਬਹੁਤ ਸੋਹਣੀ ਡਰੈਸ ਤੁਹਾਨੂੰ ਦਿਖਾਉਣੀ ਆ ਪੂਰਾ ਫਲੇਅਰ ਮਤਲਬ ਪੂਰਾ ਫਲੇਅਰ ਹੈ 5 ਮੀਟਰ ਦੇ ਵਿੱਚ ਕੱਲੀ ਫਰੌਕ ਬਣੀ ਆ ਬਾਕੀ ਸਲਵਾਰ ਅੱਡ ਬਣੀ ਆ ਸਾਰਾ ਆਰੀ ਦਾ ਵਰਕ ਹੈ ਤੇ ਸਾਹ ਉੱਪਰ ਸਾਰੀਆਂ ਲੇਸਸ ਲੱਗੀਆਂ ਨੇ ਮਤਲਬ ਉਹਨਾਂ ਨੇ ਨਾ ਮੈਨੂੰ ਪਿਕਚਰ ਭੇਜੀ ਸੀ ਐਜ਼ ਇਟ ਇਜ਼ ਪਿਕਚਰ ਦੀ ਬਣਾਈ ਆ ਸੇਮ カラーバス डिफरेंट सी कलर ਉਹਨਾਂ ਦੀ मतलब ਦਰਾਣੀ ਦਾ ਅੱਡ ਹੈ ਤੇ ਉਹਨਾਂ ਦਾ ਅੱਡ ਹੈ ਉਹਨਾਂ ਨੇ ਪਿੰਕ कलर ਦਰਾਣੀ ਦਾ ਬਣਾਇਆ ਆ ਹਾ ਮੋਰ ਪੰਖੀਆ ਬਣਾਇਆ ਸੀਗਾ ਫਾਈਨਲੀ ਇੱਥੇ ਆ ਕੇ ਮਸਾ ਬੈੱਡ ਮਿਲਿਆ ਰਾਤ ਹੋ ਗਈ ਰੋਟੀ ਪਾਣੀ ਨਵੇੜ ਕੇ ਸਾਰਾ ਡੰਨ ਕਰਕੇ ਹੁਣ ਮੈਂ ਆਈ ਸੀਗੀ ਕਿਉਂਕਿ ਮੈਨੂੰ ਹੁਣ ਹੈਗਾ ਗੁਰਪ੍ਰਤਾਪ ਦਾ ਕੱਲ ਨੂੰ ਇੰਗਲਿਸ਼ ਦਾ ਪੇਪਰ ਵੈਸੇ ਤਾਂ ਦੁਪਹਿਰੇ ਵੀ ਥੋੜਾ ਜਿਹਾ ਭਰਾਤਾ ਸੀਗਾ ਮੈਨੂੰ ਐ ਸੀਗਾ ਵੀ ਚਲ ਪਾਪਾ ਕੋਲ ਬੈਠ ਕੇ ਪੜ ਲੂਗਾ ਹਨਾ ਤੇ ਥੋੜੀ ਗ੍ਰਾਮਰ ਰਹਿੰਦੀ ਸੀਗੀ ਉਹ ਗ੍ਰਾਮਰ ਕਰਾਉਣ ਲੱਗੀ ਹੋਈ ਸੀਗੀ ਹਨਾ ਇਹਨਾਂ ਦੀ ਤਾਂ ਗ੍ਰਾਮਰ ਵੀ ਬੜੀ ਅਵੱਲੀਆਂ ਜੀਆਂ ਗ੍ਰਾਮਰਸ ਨੇ ਮੈਂ ਤਾਂ ਆਪ ਨਹੀਂ ਸਮਝ ਆਉਂਦੀ ਮੈਂ ਕਿਹਾ ਸਾਡੀ ਵਾਰ ਨੂੰ ਹੁੰਦਾ ਸੀ ਪਾਸਟ ਪ੍ਰੈਜ਼ੈਂਟ ਫਿਊਚਰ ਹੈ ਟੈਂਸ ਹੁੰਦੇ ਸੀਗੇ ਜਾਂ ਐਡਜੈਕਟਿਵਸ ਹੁੰਦੇ ਸੀਗੇ ਇਹਨਾਂ ਨੂੰ ਤਾਂ ਪਤਾ ਨਹੀਂ ਕੀ ਕੀ ਹੈ ਮੈਂ ਤਾਂ ਆਪ ਨਹੀਂ ਮੋਰਲ ਵੈਲਿਊਜ਼ ਇਹ ਉਹ ਪਤਾ ਨਹੀਂ ਕੀ ਕੁਝ ਮਤਲਬ ਸਾਰਾ ਕਰਾਇਆ ਪਹਿਲਾਂ ਮੋਰਲ ਵੈਲਿਊਜ਼ ਵਗੈਰਾ ਜਾਂ ਐਸੇ ਵਗੈਰਾ ਤਾਂ ਇਹਨੇ ਆਪ ਲਿਖ ਕੇ ਦਿਖਾਤਾ ਸੀ ਚੈਪਟਰ ਇਹਨੇ ਲਿਖ ਕੇ ਦਿਖਾਤੇ ਸੀ ਹੁਣ ਗ੍ਰਾਮਰ ਸੀ ਕਹਿੰਦਾ ਮम्मा ਗ੍ਰਾਮਰ ਕਰਾ ਦਿਓ ਉਹ ਮੈਂ ਕਰਾ ਰਹੀ ਸੀ ਦੇਖੀ ਦੋਨੋਂ ਭੈਣ ਭਰਾ ਇੰਨਾ ਲੜਦੇ ਨੇ ਉਹ ਬੁੱਕ ਇਹਦੀ ਬੁੱਕ ਨਹੀਂ ਛੱੜਦੀ ਕਦੇ ਦਾ ਪੈਨ ਚੱਕ ਲੈਂਦੀ ਆ ਇਹਨੇ ਲਏ ਹੋਏ ਨੇ ਮਹਿੰਗੇ ਮਹਿੰਗੇ ਪੈਨ ਉਹ ਇਹਦੀ ਕਿੱਟ ਚੱਕ ਲੈਂਦੀ ਆ ਫਿਰ ਇਹਦੇ ਪੈਨ ਛੇੜੀ ਜਾਂਦੀ ਆ ਫਿਰ ਇੰਨਾ ਗੁੱਸਾ ਆਉਂਦਾ ਮਤਲਬ ਇਹਨੂੰ ਫਿਰ ਕਹੂਗਾ ਮम्मा ਮੇਰਾ ਇੰਨਾ ਮਹਿੰਗਾ ਪੈਨ ਹੈ ਪਾਣੀ 'ਚ ਰੱਖਤਾ ਮम्मा ਉਹ ਪਾਣੀ 'ਚੋਂ ਲੀਕ ਹੋ ਜਾਊਗਾ ਇਹ ਹੋ ਜਾਊਗਾ ਬਾ ਅਮਨ ਤੇ ਫਰੋਲਣ ਲੱਗੇ ਹੋਏ ਨੇ ਟੈਬ ਅਮਨ ਨੂੰ ਬਹੁਤ ਮੇਰਾ ਫੋਨ ਬੱਚਿਆਂ ਦਾ ਫੋਨ ਅਮਨ ਨੇ ਚੈੱਕ ਕਰਨਾ ਹੈ ਬੱਚਿਆਂ ਦਾ ਫੋਨ ਦਾ ਵੈਸੇ ਵੀ ਚੈੱਕ ਕਰਨਾ ਚਾਹੀਦਾ ਹੈ ਕਿਉਂਕਿ ਪਤਾ ਲੱਗਦਾ ਰਹਿੰਦਾ ਮੈਂ ਹਲੇ ਬਹੁਤ ਘੱਟ ਆ ਇਸ ਚੀਜ਼ ਚ ਰਿਸਪੌਂਸਿਬਲ ਹਨਾ ਅਮਨ ਤਾਂ ਫੋਨ ਚੈੱਕ ਕਰਦੇ ਨੇ ਬੱਚਿਆਂ ਦਾ ਵੀ ਬੱਚਿਆਂ ਨੇ ਕੀ ਗੇਮ ਭਰੀ ਹੈ ਬੱਚੇ ਕੀ ਦੇਖਦੇ ਨੇ YouTube ਦੇ ਉੱਤੇ ਹਨਾ ਇਹ ਸਾਰੀ ਚੀਜ਼ ਅਮਨ ਨੇ ਚੈੱਕ ਕਰਨੀ ਹੈ YouTube ਇੱਕ ਬਹੁਤ ਅੱਛਾ ਜ਼ਰੀਆ ਹੈ YouTube ਇੱਕ ਬਹੁਤ ਵਧੀਆ ਪਲੇਟਫਾਰਮ ਹੈ ਵੇ ਇਹ ਬਹੁਤ ਅੱਛਾ ਲਰਨਿੰਗ ਵੇ ਆ ਬਟ ਜੇ ਤੁਸੀਂ ਉਹਨੂੰ ਅੱਛੇ ਤਰੀਕੇ ਨਾਲ ਯੂਜ਼ ਕਰੋ ਹਨਾ ਬਹੁਤ ਵਧੀਆ ਤਰੀਕੇ ਨਾਲ ਇੱਥੇ ਸਮਝਾਇਆ ਵੀ ਜਾਂਦਾ ਹੈ ਮਤਲਬ ਲੰਬੇ ਤਰੀਕੇ ਨਾਲ ਵੀ ਸਮਝਾਇਆ ਜਾਂਦਾ ਇੱਕ ਬਹੁਤ ਅੱਛਾ ਲਰਨਿੰਗ ਪਲੈਟਫਾਰਮ ਹੈ ਤੇ ਇੱਕ ਦੂਜੇ ਨਾਲ ਇੰਟਰੈਕਟ ਹੋਣ ਵਾਲਾ ਵੀ ਪਲੈਟਫਾਰਮ ਹੈ ਪਰ ਜੇ ਤੁਸੀਂ ਉਹਨੂੰ ਅੱਛੇ ਯੂਜ਼ ਨਾ ਕਰੋ ਕੋਈ ਵੀ ਸੋਸ਼ਲ ਮੀਡੀਆ ਕੋਈ ਵੀ ਸਾਈਟ ਹੈ ਉਹਨੂੰ ਜੇ ਤੁਸੀਂ ਗੁੱਡ ਵੇ ਨਾਲ ਗੁੱਡ ਤਰੀਕੇ ਨਾਲ ਯੂਜ਼ ਕਰਦੇ ਹੋ ਤਾਂ ਉਹ ਚੀਜ਼ ਬਹੁਤ ਅੱਗੇ ਤੱਕ ਜਾਂਦੀ ਹੈ ਜੇ ਆਪਾਂ ਉਹਦਾ 네ਗੇਟਿਵ ਇਫੈਕਟਸ ਤਾਂ 네ਗੇਟਿਵ 네ਗੇਟਿਵ ਤੇ ਪੋਜ਼ਿਟਿਵ ਹਰ ਚੀਜ਼ ਦੇ ਹੁੰਦੇ ਨੇ ਹਨਾ ਤਾਂ ਇਸ ਕਰਕੇ ਫਿਰ ਅਮਨ ਨੂੰ ਇਹ ਥੋੜਾ ਜਿਹਾ ਹੁੰਦਾ ਵੀ ਮੈਂ ਬੱਚਿਆਂ ਦਾ ਚੈੱਕ ਕਰਾਂ ਜਿਵੇਂ ਹਨੀਤ ਕਾਰਟੂਨਸ ਦੇਖਦੀ ਹੁੰਦੀ ਹੈ ਗੁਰਪ੍ਰਤਾਪ ਨੂੰ ਵੀ ਬਲੌਗਸ ਦੇਖਣ ਦਾ ਸ਼ੌਂਕ ਹੈ ਜਿਵੇਂ ਪ੍ਰਤਪ ਸੌਰਵ ਜੋਸ਼ੀ ਦੇ ਇਹ ਉਹ ਜਿਹੜੇ ਉਹਦੇ 2-4 ਫੇਵਰਿਟ ਨੇ ਉਹਨਾਂ ਦੇ ਬਲੌਗਸ ਦੇਖਦਾ ਹਨਾ ਮम्मा ਦੇ ਬਹੁਤ ਘੱਟ ਦੇਖਦਾ ਮम्मा ਦੇ ਦੇਖ ਲੈਂਦਾ ਜਦੋਂ ਇੰਟਰਸਟਿੰਗ ਜਿਹਾ ਬਲੌਗ ਹੋਵੇ ਫਿਰ ਉਹ ਦੇਖ ਲੈਂਦਾ ਹੁੰਦਾ ਹਨਾ ਤੇ ਉਹ ਹਨੀਤ ਨੇ ਲਿਆ ਐਨਵਲ ਡੇ ਚ ਪਾਟ ਤਾਂ ਕਰਕੇ ਉਹਨੂੰ ਆਪਾਂ ਛੁੱਟੀ ਵੀ ਨਹੀਂ ਕਰਾ ਸਕਦੇ ਹੁਣ ਰੈਗੂਲਰਲੀ ਸਕੂਲ ਜਾਇਆ ਕਰਨਗੇ ਦੋਨੋਂ ਇਸ ਕਰਕੇ ਆਪਾਂ ਜਲਦੀ ਇਹਨਾਂ ਦੋਨਾਂ ਨੂੰ ਸੁਵਾ ਦੇਣਾ ਸੋ ਦੈਟ ਫਿਰ ਹਨੀਤ ਜਾਂਦੀ ਤਾਂ ਚਲੋ 10 ਵਜੇ ਐ ਗੁਰਪ੍ਰਤਾਪ ਵੀ 9:30 ਜਾਂਦਾ ਪਰ ਫਿਰ ਵੀ ਬੱਚਿਆਂ ਨੂੰ ਸਰਦੀਆਂ ਚ ਉੱਠਣਾ ਤੁਹਾਨੂੰ ਪਤਾ ਥੋੜਾ ਜਿਹਾ ਔਖਾ ਲੱਗਦਾ ਕਿਉਂਕਿ ਮੈਂ ਗੁਰਪ੍ਰਤਾਪ ਨੂੰ ਵੈਸੇ ਵੀ ਨਾ ਰਿਵੀਜ਼ਨ ਵਾਸਤੇ ਉਠਾਉਣਾ ਪਊਗਾ ਮੈਨੂੰ 8 ਵਜੇ ਤਾਂ ਉਠਾਉਂਗੀ ਤਾਂ 9:30 ਤੱਕ ਤਿਆਰ ਹੋ ਕੇ ਜਾਊਗਾ ਹਨਾ ਤੇ ਇਹਨੂੰ ਉਠਾਉਣਾ ਬਹੁਤ ਔਖਾ ਹੈ ਦੋਨਾਂ ਨੂੰ ਦੁੱਧ ਚਾਹ دینی ਹੁੰਦੀਆਂ ਹੁਣ ਗੁਰਪ੍ਰਤਾਪ ਦੀ ਰੀਸ ਨਾਲ ਦੁੱਧ ਚਾਹ ਪੀਣ ਲੱਗ ਗਈ ਟੱਚਵੁੱਡ ਮੈਨੂੰ ਮਤਲਬ ਇੰਨਾ ਵਧੀਆ ਲੱਗਿਆ ਬੱਚਿਆਂ ਨਾਲ ਬੱਚੇ ਰਹਿ ਕੇ ਪੀ ਲੈਂਦੇ ਹੁਣ ਉਤਰ ਚੁੱਕੀ ਐ ਕੱਲ ਨੂੰ ਫੇਰ ਇੱਕ ਡ੍ਰਿਪ ਲਵਾ ਦਾਂਗੇ ਹਨਾ ਹੋਪਸੋ ਉਹਦੇ ਨਾਲ ਠੀਕ ਹੋ ਜਾਣਗੇ ਹੁਣ ਇੱਕੋ ਡ੍ਰਿਪ ਨਾਲ ਅਠੀਕ ਨੇ ਕਹਿ ਰਹੇ ਨੇ ਕਹਿੰਦੇ ਮੇਰੀ ਜਾਨ ਜੀ ਆਈ ਪਈ ਹੈ ਬੋਡੀ ਦੇ ਵਿੱਚ ਹਨਾ ਮਤਲਬ ਮੈਂ ਕਹਿੰਨੀ ਆ ਬੱਚਿਆਂ ਦਾ ਕੁਝ ਦੁੱਖ ਦਾ ਹੋਵੇ ਘਰ ਵਾਲੇ ਦਾ ਕੁਝ ਦੁੱਖ ਦਾ ਹੋਵੇ ਜਨਾਨੀ ਦੀ ਬੱਸ ਹੋ ਜਾਂਦੀ ਹੈ ਹਨਾ ਮੈਂ ਹੁਣ ਅੱਜ ਬਾਬਾ ਜੀ ਨਾਲ ਇਹੀ ਅਰਦਾਸ ਕਰਦੀ ਸੀ ਮੈਂ ਕਿ ਮੇਰਾ ਦੁੱਖ ਲਵੇ ਫਿਰ ਮੰਮੀ ਹੱਸਣ ਲੱਗੇ ਕਹਿੰਦੇ ਤੂੰ ਕਿਉਂ ਕਹਿਣਾ ਤੇਰਾ ਦੁੱਖ ਲੈ ਤੂੰ ਬਾਬਾ ਜੀ ਨੂੰ ਕਹਿ ਵੀ ਬਸ ਜੋ ਵੀ ਬਾਬਾ ਜੀ ਸਾਡੇ ਤੋਂ ਮਤਲਬ ਭੁੱਲ ਚੁੱਕ ਹੋਈ ਹੈ ਵੀ ਮaaf ਕਰਿਓ ਹਨਾ ਵੀ ਤੂੰ ਐ ਕਿਉਂ ਕਰਨੀ ਆ ਵੀ ਮੇਰਾ ਦੁੱਖ ਹੈ ਮੈਂ ਕਿ ਨਹੀਂ ਮੰਮੀ ਮੈਂ ਇਹ ਕਹਿੰਦੀ ਮੇਰਾ ਦੁੱਖ ਲਵੇ ਮੈਂ ਦੋ ਘੜੀ ਪੈ ਲੂੰਗੀ ਪਰ ਹਸਬੈਂਡ ਦਾ ਤੇ ਬੱਚਿਆਂ ਦਾ ਕੁਝ ਦੁੱਖ ਬਹੁਤ ਬਸ ਹੁੰਦੀ ਹੈ ਖੜੀ ਲੱਤ ਰੱਖਣ ਰਹਿਣਾ ਪੈਂਦਾ ਮੈਂ ਅੱਜ ਤਾਂ ਹੀ ਕੁਝ ਨਹੀਂ ਸ਼ੂਟ ਹੋ ਸਕਦਾ ਹੁੰਦਾ ਅੱਜ ਜਿੱਦਨ ਅਮਨ ਬਿਮਾਰ ਨੇ ਪੰਜ ਛੇ ਦਿਨ ਹੋ ਗਏ ਮੇਰੀ ਕੋਈ ਚੱਜ ਦਾ ਵੀਡੀਓ ਸ਼ੂਟ ਨਹੀਂ ਹੋ ਪਾਰੀ ਨਾ ਬੁਟੀਕ ਦੀ ਨਾ ਮੇਰੇ ਤੋਂ ਕੰਮ ਹੋ ਪਾਰਿਆ ਬੁਟੀਕ ਦਾ ਹਨਾ ਸੋ ਇੱਥੇ ਹੀ ਕਰਦੇ ਆਪਾਂ ਬਲੌਗ ਦਾ ਐਂਡ ਕਾਲੋ ਮਿਲਦੇ ਆਂ ਫੇਰ ਇੱਕ ਨਵੇਂ ਬਲੌਗ ਦੇ ਨਾਲ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਸ਼ੇਕਲ ਵੱਡਿਆਂ ਨੂੰ ਸਤਿਕਾਰ ਤੇ ਬੱਚਿਆਂ ਨੂੰ ਪਿਆਰ ਬਹੁਤ ਸਾਰਾ ਪਿਆਰ थैंक यू ਦੀਦੀ ਜਿਹੜੇ ਜਿਹੜੇ ਮੇਰੇ ਬਹੁਤ ਅੱਛੇ سپورਟਰਸ ਨੇ थैंक यू so much ਸਾਰਿਆਂ ਲਈ ਬਹੁਤ ਅੱਛੇ ਕਮੈਂਟਸ ਹੁੰਦੇ ਨੇ ਤੁਹਾਡੇ ਸਾਰਿਆਂ ਦੇ ਦੇਖੋ ਮੈਨੂੰ ਕਿਸੇ ਨੇ ਕਿਹਾ ਵਿੱਚ ਨਾ ਕਮੈਂਟ ਕੀਤਾ ਸੀਗਾ ਵੀ ਸੰਦੀਪ ਦੇ ਵਿਊਅਰਸ ਜ਼ਿਆਦਾ ਨੇ ਤੁਹਾਡੇ ਘੱਟ ਨੇ ਠੀਕ ਆ ਜਦੋਂ ਪਹਿਲਾਂ ਸੰਦੀਪ ਨਹੀਂ ਸੀਗੀ ਉਦੋਂ ਮੈਂ ਆਪ ਦੇ ਦਮ ਤੇ ਇਹ ਬਲੌਗਸ ਸ਼ੁਰੂ ਕੀਤੇ ਨੇ ਆਪਣੇ ਦਮ ਤੇ ਚਲਾ ਰਹੀ ਆ ਠੀਕ ਹੈ ਇਸ ਕਰਕੇ ਮੈਂ ਮੈਂ ਆਪਣਾ ਹੀ ਚਲਾਉਂਗੀ ਕਿਉਂਕਿ ਕਿੰਨੀ ਦੇ ਰਹਿਣਾ ਉਹਨੇ ਮੇਰੇ ਕੋਲ ਠੀਕ ਹੈ ਜੇ ਮਤਲਬ ਉਹਦਾ ਬਣ ਗਿਆ ਉਹਨੇ ਚਲੇ ਜਾਣਾ ਬਾਹਰ ਠੀਕ ਹੈ ਫਿਰ ਇਸ ਕਰਕੇ ਉਹਨੂੰ ਮੈਂ ਬਾਰ-ਬਾਰ ਬਾਰੋ ਤਾਂ ਨਹੀਂ ਬਲਾ ਸਕਦੀ ਹੈਗੀ ਮੈਂ ਹੀ ਜਿਹੜਾ ਮੈਨੂੰ ਪਿਆਰ ਕਰਦੇ ਨੇ ਉਹ ਮੇਰੋਂ ਜ਼ਰੂਰ ਦੇਖਣਗੇ ਜਿਹਨੂੰ ਮੇਰੇ ਨਾਲ ਪਿਆਰ ਹੈ ਨਹੀਂ ਜਿਹਨੂੰ ਪਿਆਰ ਜਿਨ੍ਹਾਂ ਨੇ ਸੰਦੀਪ ਦਾ ਦੇਖਣਾ ਉਹ ਮੋਸਟ ਵੈਲਕਮ ਸੰਦੀਪ ਜਦ ਬਲੌਗਸ ਬਣਾਇਆ ਕਰੂਗੀ ਉਹਦਾ ਦੇਖ ਲੈਣਗੇ ਸੋ ਮਤਲਬ ਪਲੀਜ਼ ਸਾਨੂੰ ਐਦਾਂ ਕੰਪੇਅਰ ਜਾਂ ਨਾ ਕਰਿਆ ਕਰੋ ਕਦੇ ਮਨਪ੍ਰੀਤ ਦੀਦੀ ਨਾਲ ਕਦੇ ਸੰਦੀਪ ਨਾਲ ਕਦੇ ਮੇਰੇ ਨਾਲ ਤੇ ਇੱਥੇ ਹੀ ਕਰਦੇ ਹਾਂ ਹੁਣ ਆਪਾਂ ਬਲੌਗ ਦਾ ਐਂਡ ਤੁਸੀਂ ਪਲੀਜ਼ ਗੁੱਸੇ ਹੋ ਜਾਨੇ ਹੁਣ ਜਦ ਮੈਂ ਲੈਕਚਰ ਦੇਣ ਲੱਗ ਜਾਨੀ ਹੁੰਨੀ ਆ ਸੋ ਬਾਏ ਗੁਡ ਨਾਈਟ ਸਾਰਿਆਂ ਨੂੰ ਪਲੀਜ਼ ਟੇਕ ਕੇਅਰ ਆਫ ਯਰਸੈਲਫ ਬਹੁਤ ਠੰਡ ਹੈ ਬਚ ਕੇ ਰਹੋ ਬੱਚਿਆਂ ਨੂੰ ਪਲੀਜ਼ ਬੱਚਿਆਂ ਦੀ ਬਹੁਤ ਟੇਕ ਕੇਅਰ ਕਰੋ ਕਿਉਂਕਿ ਬੱਚੇ ਇੱਕ ਵਾਰ ਉਲਝ ਗਏ ਮੁੜ ਕੇ ਠੀਕ ਨਹੀਂ ਹੁੰਦੇ ਬਹੁਤ ਔਖਾ ਹੋ ਜਾਂਦਾ ਹੈ ਹਨਾ ਸੋ ਬਾਏ ਮੋਨਿਕਾ ਦੀਦੀ ਥੈਂਕ ਯੂ ਫਾਰ ਯੋਰ ਕਮੈਂਟਸ ਤੁਹਾਡੇ ਕਮੈਂਟਸ ਮੈਨੂੰ ਬਹੁਤ ਵਧੀਆ ਲੱਗਦੇ ਨੇ ਥੈਂਕ ਯੂ ਸੋ ਮਾਚ ਇੰਨੇ ਵਧੀਆ ਕਮੈਂਟਸ ਵਾਸਤੇ ਹਨਾ ਬਾਏ ਗੁਡ ਨਾਈਟ সুইਟ ਡ੍ਰੀਮਸ ਆਲ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਚੈਨਲ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ